ਰਾਮ ਸਰੂਪਣ ਖੀ ਦੀ ਕਹਾਣੀ ਹੈ ਤੀਮੀਆਂ ਦਾ ਵਪਾਰੀ ਲਾਲ ਸਿੰਘ ਉਹਨੂੰ ਕਦੇ ਸ਼ਾਇਦ ਕਿਸੇ ਨੇ ਕਿਹਾ ਹੋਵੇ ਸਭ ਲਾਲਾ ਹੀ ਆਖਦੇ ਇਹ ਪੰਜ ਭਰਾ ਸਨ ਸਭ ਤੋਂ ਵੱਡਾ ਕਿਵੇਂ ਨਾ ਕਿਵੇਂ ਵਿਆਹਿਆ ਗਿਆ ਉਹ ਤੋਂ ਛੋਟਾ ਲਾਲਾ ਸੀ ਜ਼ਮੀਨ ਉਹਨਾਂ ਕੋਲ 7-8 ਕਮਾਈ ਸੀ ਤੇ ਜਿਸ ਨਾਲ ਪੰਜ ਭਰਾਵਾਂ ਦਾ ਗੁਜ਼ਾਰਾ ਹੋਣਾ ਬਹੁਤ ਔਖਾ ਸੀ ਤੰਗ ਹੋ ਕੇ ਲਾਲੇ ਤੋਂ ਛੋਟੇ ਦੋ ਭਰਾ ਮਲਾਇਆ ਨੂੰ ਚਲੇ ਗਏ ਸਭ ਤੋਂ ਛੋਟਾ ਵੱਡੇ ਦੇ ਚੁੱਲੇ ਉੱਤੇ ਹੀ ਰੋਟੀ ਖਾਂਦਾ ਰਿਹਾ ਤੇ ਵੱਡੇ ਭਰਾ ਨੇ ਉਹਨੂੰ ਭੇਡਾਂ ਲੈ ਦਿੱਤੀਆਂ ਤੇ ਲਾਲੇ ਦੀ ਵੱਡੇ ਭਰਾ ਨਾਲ ਘਾਟੀ ਬਣਦੀ ਸੀ ਲਾਲਾ ਜਦ ਪੂਰਾ ਘੂਕਰ ਗਿਆ ਉਹ ਘਾਰਾ ਕੇ ਮਸਾਂ ਹੀ ਰਾਤ ਕੱਟਦਾ ਹੁਣ ਉਹ ਨਾ ਮੁੰਡਿਆਂ ਦੀ ਟਾਣੀ 'ਚ ਰਹਿੰਦਾ ਜਿਹੜੇ ਘਰ ਦੇ ਕੰਮ ਤਾਂ ਡੱਕਾ ਨਹੀਂ ਸੀ ਤੋੜਦੇ ਸਾਰਾ ਦਿਨ ਸਾਥ 'ਚ ਖੁੰਡਾ ਤੇ ਬੈਠੇ ਰਹਿੰਦੇ ਜਾਂ ਤਾਂ ਤਾਜ ਖੇਡਦੇ ਤੇ ਜਾਂ ਆਉਂਦੀ ਜਾਂਦੀ ਤੀਵੀਂ ਵੱਲ ਚਾੱਕ ਕੇ ਮੁੱਛਾਂ ਨੂੰ ਵੱਟ ਦਿੰਦੇ ਰਹਿੰਦੇ ਆਥਰ ਨੂੰ ਘਰ ਦੀ ਕੱਢੀ ਸ਼ਰਾਬ ਪੀਂਦੇ ਕੁੜਤਾ ਚਾਦਰਾਂ ਸਾਫਾ ਚਿੱਟੇ ਸਫੈਦ ਲਾਜਵਰ ਦੇ ਕੇ ਰੱਖਦੇ ਤੇ ਕਿਤੇ ਮੈਲ ਦਾ ਚੌ ਨਾ ਲੱਗਣ ਦਿੰਦੇ ਨਾਲ ਦੇ ਪਿੰਡ ਵਾਲਾ ਕੀਚਰ ਬਦਮਾਸ਼ ਇੱਕ ਦਿਨ ਉਹਨਾਂ ਕੋਲ ਇੱਕ ਤੀਵੀਂ ਲੈ ਆਇਆ ਕੀਚਰ ਨੇ ਉਸ ਤੀਵੀਂ ਸਮੇਤ ਲਾਲੇ ਹੋਰਾਂ ਕੋਲ ਤਿੰਨ ਰਾਤਾਂ ਕੱਟੀਆਂ ਤਿੰਨ ਦਿਨ ਬੱਕਰਾ ਸ਼ਰਾਬ ਉੱਢਦੀ ਰਹੀ ਤੀਵੀਂ ਉਹ ਕੀਚਰ ਨੇ 100 ਮੀਲ ਦੂਰ ਤੋਂ ਕਿਤੇ ਉਧਾਲ ਕੇ ਲਿਆਂਦੀ ਸੀ ਚੌਥੇ ਦਿਨ ਉਹ ਤੀਵੀਂ ਕੀਚਰ ਨੇ ਲਾਲੇ ਵਿੱਚ ਦੀ ਪੈ ਕੇ ਉੱਥੋਂ ਹੀ ਇੱਕ ਫੌਜੀ ਪੈਨਸ਼ਨੀਏ ਨੂੰ 200 ਰੁਪਏ ਦੀ ਵੇਚ ਦਿੱਤੀ ਲੰਡੇ ਨੂੰ ਖੁੰਡਾ ਕਹਿੰਦੇ 100 ਕੋ ਦਾ ਵੰਗ ਵਿੰਗ ਪਾ ਕੇ ਮਿਲ ਜਾਂਦਾ ਹੈ। ਲਾਲਾ ਵੀ ਕੀਚੜ ਦਾ ਪੂਰਾ ਜੁੰਡੀਦਾਰ ਹੋ ਗਿਆ। ਕੀਚੜ ਤਾਂ ਅੱਧ ਖੜ ਸੀ ਪਰ ਲਾਲਾ ਛੱਟੀ ਅਰਗਾ ਗਬਰੂ ਸੀ। ਹੁਣ ਉਹ ਦੋਵੇਂ ਜਿੱਥੇ ਜਾਂਦੇ ਇਕੱਠੇ ਜਾਂਦੇ। ਇੱਕ ਵਾਰੀ ਉਹ ਛਪਾਰ ਦੇ ਮੇਲੇ ਗਏ ਮੁੜਦੇ ਹੋਏ ਉਹਨਾਂ ਦੇ ਰਾਹ ਵਿੱਚ ਇੱਕ ਪਿੰਡ ਰਾਤ ਕੱਟੀ। ਉੱਥੇ ਉਹਨਾਂ ਦੀ ਕੋਈ ਮਾੜੀ-ਮੋਟੀ ਸਿਆਣ ਗਿਆਨ ਸੀ। ਜਿਨ੍ਹਾਂ ਦੇ ਘਰ ਰਾਤ ਕੱਟੀ ਉਹਨਾਂ ਦੇ ਗਵਾਂਢ 'ਚ ਇੱਕ ਜੁਲਾਹੇ ਦਾ ਘਰ ਸੀ। ਜੁਲਾਹਾ ਦਾ ਖਾਂਗੂ ਜਿਆ ਸੀ ਪਰ ਜੁਲਾਹੀ ਪੂਰੀ ਤੇਜ਼ ਤਰਾਰ ਅੱਖਾਂ ਵਿੱਚ ਹਸਦੀ ਦੇਖ ਕੇ ਕੀਚਰ ਨੇ ਲਾਲੇ ਨੂੰ ਸ਼ਿੰਗਾਰ ਦਿੱਤਾ ਮੇਰੇ 'ਚ ਤਾਂ ਹੁਣ ਦਮ ਨਹੀਂ ਤੂੰ ਛੇੜ ਕੇ ਦੇਖ ਲਾਲੇ ਅਰਗੇ ਜਵਾਨ ਨੂੰ ਦੇਖ ਕੇ ਜੁਲਾਈ ਦੀ ਚਾਂਗ ਨਿਕਲ ਗਈ ਦੂਜੇ ਦਿਨ ਵੀ ਉੱਥੇ ਰਹਿ ਅਧੀ ਰਾਤ ਤੱਕੀ ਤੋਂ ਦਿਨ ਚੜ੍ਹਦੇ ਨੂੰ ਉਹਨਾਂ ਨੇ ਜੁਲਾਈ ਪਿੰਡ ਲਿਆ ਮਾਰੇ ਇੱਕ ਦੋ ਦਿਨ ਰੱਖ ਕੇ ਫਿਰ ਪਤਾ ਨਹੀਂ ਕਿੱਧਰ ਚਲਾ ਦਿੱਤੀ ਕੀਚਰ ਨੇ ਲਾਲੇ ਨੂੰ ਪੂਰਾ ਹੱਥ ਦੇ ਦਿੱਤਾ ਉਹਨੂੰ ਪੁੱਸ ਪੈ ਗਿਆ ਹੁਣ ਉਹ ਸਭ ਕੋ ਦੂਰ ਨਿਕਲ ਜਾਂਦੇ ਇਕੱਲਾ ਦੁਕਲਾ ਆਦਮੀ ਦੇਖਦੇ ਨਾਲਤੀ ਵੀ ਹੁੰਦੀ ਕੋ ਲੈਂਦੇ ਆਦਮੀ ਨੂੰ ਕੁੱਟ ਕੇ ਸੁੱਟ ਜਾਂਦੇ ਕਿਸੇ ਨੂੰ ਦਰਖਤ ਨਾਲ ਨੂੜ ਆਉਂਦੇ ਤੀਵੀ ਨੂੰ ਆਪਣੇ ਪਿੰਡ ਵੱਲ ਲਿਆਉਂਦੇ 5 10 ਦਿਨ ਰੱਖਦੇ ਤੇ ਫਿਰ ਵੇਚ ਦਿੰਦੇ ਹੁਣ ਉਹਨਾਂ ਨੇ ਇਹ ਵਪਾਰ ਹੀ ਬਣਾ ਲਿਆ ਲਾਲੇ ਨਾਲ ਕੋਈ ਤੀਵੀ ਫਸ ਜਾਂਦੀ ਤਾਂ ਉਹਨੂੰ ਕੱਢ ਲਿਆਉਂਦੇ ਹੁਣ ਉਹ ਯੂਪੀ ਬੀਕਾਨੇਰ ਤੇ ਅੰਬਾਲੇ ਵੱਲੋਂ ਵੀ ਤੀਵੀਆਂ ਹੋਰ ਬਦਮਾਸ਼ਾਂ ਤੋਂ ਸਸਤੇ ਮੁੱਲ ਲੈ ਕੇ ਇੱਧਰ ਲਿਆਉਂਦੇ ਤੇ ਨਫਾ ਕੱਢ ਕੇ ਵੇਚ ਦਿੰਦੇ 5-6 ਸਾਲ ਉਹ ਦੋਵੇਂ ਇਸੇ ਤਰ੍ਹਾਂ ਕਰਦੇ ਰਹੇ ਕਿ ਚਰ ਨੂੰ ਇੱਕ ਵਾਰੀ ਐਸਾ ਪਾਣੀ ਝਾਰਾ ਨਿਕਲਿਆ ਵੀ ਉਹ ਮੰਜੀ ਮੰਜੇ ਤੋਂ ਹੀ ਮੜਕੇ ਨਾ ਉੱਠ ਸਕਿਆ ਲਾਲਾ ਕੀਚਰ ਨਾਲੋਂ ਚੜਿਆ ਹੋਇਆ ਸੀ ਇਲਾਕੇ 'ਚ ਤੇ ਹੋਰ ਦੂਰ-ਦੂਰ ਤਾਈ ਵੀ ਉਹਨੂੰ ਅੱਡਿਆਂ ਦਾ ਪਤਾ ਸੀ ਹੁਣ ਉਹਨੇ ਆਪਣੇ ਨਾਲ ਨੇੜੇ ਦੇ ਪਿੰਡੋਂ ਇੱਕ ਹੋਰ ਜਵਾਨ ਨੂੰ ਸ਼ਿੰਗਾਰ ਲਿਆ ਉਹਨਾਂ ਨੇ ਕਿੰਨੀਆਂ ਹੀ ਤੀਵੀਆਂ ਇੱਧਰ-ਉੱਧਰ ਕੀਤੀਆਂ ਕਈਆਂ ਦੇ ਘਰ ਉਜਾੜੇ ਕਈਆਂ ਦੇ ਵਸਾਏ ਰਿਟਾਇਰਡ ਫੌਜੀ ਆਸ ਮੁਕਾ ਬੈਠੇ ਆਦੀ ਛੜੇ ਤੇ ਕਈ ਅੰਗ ਹੀਣ ਪਰ ਨਾਵੇਂ ਵਾਲੇ ਬੰਦੇ ਲਾਲੇ ਨੂੰ ਸਵਾਲ ਪਾਈ ਰੱਖਦੇ ਪੁਲਿਸ ਨਾਲ ਉਹ ਮਿਲ ਕੇ ਰਹਿੰਦਾ ਪੁਲਿਸ ਵਾਲਿਆਂ ਨੂੰ ਖੁਸ਼ ਕਰਨ ਦੇ ਤੇ ਉਹਨਾਂ ਨੂੰ ਧੋਖਾ ਦੇਣ ਦੇ ਸਾਰੇ ਢੰਗ ਉਹਨੂੰ ਆਉਂਦੇ ਪਿੰਡ ਦੇ ਲੋਕ ਕਹਿੰਦੇ ਹੁੰਦੇ ਲਾਲਾ ਤਾਂ ਥਾਣੇਦਾਰ ਦਾ ਵੀ ਪਿਓ ਐ ਉਹਨੂੰ ਕੌਣ ਹੱਥ ਲਾਵੇ ਲਾਲੇ ਉਹ ਰੇਕਵਰੀ ਕਾਲਕਿਆਂ ਦਾ ਮੇਲਾ ਦੇਖਣ ਗਏ ਉੱਥੇ ਇੱਕ 50-55 ਸਾਲ ਦਾ ਬੰਦਾ ਸੀ ਉਹ ਬਰਮਾ ਨੂੰ ਚੰਗੇ ਪੈਸੇ ਕਮਾ ਕੇ ਲਿਆਇਆ ਸੀ ਪਿੰਡ ਆ ਕੇ ਉਹਨੇ ਜ਼ਮੀਨ ਖਰੀਦ ਲਈ ਤੇ ਪੱਕਾ ਵਧੀਆ ਮਕਾਨ ਵੀ ਪਾ ਲਿਆ ਪੈਸੇ ਵਾਲਾ ਬੰਦਾ ਹੋਣ ਕਰਕੇ ਉਹਦਾ ਵਿਆਹ ਵੀ ਹੋ ਗਿਆ ਉਹਦੀ ਘਰ ਵਾਲੀ ਮਸਾ 22-23 ਸਾਲ ਦੀ ਸੀ ਮਾਪਿਆਂ ਨੇ ਕੁੜੀ ਦਾ ਮੋਟਾ ਪੈਸਾ ਲਿਆ ਸੀ ਲਾਲਾ ਉਹਨਾਂ ਦੇ ਘਰ ਪਹਿਲਾਂ ਵੀ ਦੋ ਚਾਰ ਵਾਰੀ ਆ ਚੁੱਕਿਆ ਸੀ ਬਰਮਾ ਵਾਲਾ ਉਹ ਆਦਮੀ ਆਇਆ ਗਿਆ ਜੀ ਸ਼ਰਾਬ ਆਦ ਨਾਲ ਚੰਗੀ ਸੇਵਾ ਕਰਦਾ ਲਾਲ ਆਪਣੇ ਤਾੜ ਚ ਰਹਿੰਦਾ ਉਹਨੂੰ ਪਤਾ ਲੱਗ ਗਿਆ ਵੀ ਇਸ ਥੀਵੀ ਨੂੰ ਝੋਰਾ ਜ਼ਰੂਰ ਹੈ ਕੀ ਕਰਾਂ ਪਰਾਂਦੇ ਨੂੰ ਜੋ ਬਨ ਰੁੱਢਦੇ ਜਾਂਦੇ ਨੇ ਤੇ ਲਾਲਾ ਗੇਲੀ ਵਰਗਾ ਜਵਾਨ ਤਾਂ ਉਹਨੂੰ ਮਸਾ ਥਿਆਇਆ ਸੀ ਤੋ ਮੈਨੂੰ ਇਸ ਘਰ ਚੋਂ ਕੱਢ ਲੈ ਉਸ ਥੀਵੀ ਨੇ ਉਸ ਦਿਨ ਲਾਲੇ ਨੂੰ ਸਵਾਲ ਕੀਤਾ ਮੈਂ ਕਾ ਤੈਨੂੰ ਨਾ ਕੀਤੀ ਹੈ ਲਾਲੇ ਨੇ ਦੇ ਦਿਲ ਦੀ ਵੀ ਗੱਲ ਸੀ ਚੱਲ ਪੈਰ ਦੇ ਤੜਕੇ ਨਿਕਲ ਚਲੀਏ ਥੀਵੀ ਪੱਕੀ ਤਿਆਰ ਹੋ ਗਈ ਘੋੜੀ ਵੀ ਨਾਲ ਹੀ ਲੈ ਚਲੀਏ ਹਵਾ ਬਣਾ ਦੋ ਲਾਲਾ ਉਹਦੇ ਘਰ ਦਾ ਜਿਵੇਂ ਸਭ ਕੁਝ ਹੁੰਜਣਾ ਚਾਹੁੰਦਾ ਸੀ ਇੱਕ ਕਾਲ ਮੇਰੇ ਨਾਲ ਕਰ ਵੀ ਤੂੰ ਆਪ ਮੈਨੂੰ ਵਸਾਏਂਗਾ ਦੇਖੀ ਮੈਨੂੰ ਦਗਾ ਨਾ ਦੇ ਭੂਰੋ ਨੇ ਆਪਣੇ ਹੱਥੋਂ ਸੋਨੇ ਦੀ ਛਾਪ ਕੱਢ ਕੇ ਲਾਲੇ ਦੀ ਚੀਚੀ 'ਚ ਸ਼ਿੰਗਾਰ ਦਿੱਤੀ ਲਾਲੇ ਨੇ ਆਪਣਾ ਕੜਾ ਲਾ ਕੇ ਭੂਰੋ ਦੀ ਬਾਹਂ 'ਚ ਤਲਕਾ ਦਿੱਤਾ ਦਿਨ ਚੜਿਆ ਤਾਂ ਸਾਰੇ ਪਿੰਡ 'ਚ ਹਾਹਾਕਾਰ ਮਚ ਗਈ ਦੋ ਮਹੀਨੇ ਲਾਲਾ ਉਹਨੂੰ ਪਤਾ ਨਹੀਂ ਕਿੱਥੇ-ਕਿੱਥੇ ਲਈ ਫਿਰਿਆ ਤੇ ਇੱਕ ਦਿਨ ਬਠਿੰਡੇ ਤੋਂ ਪਰੇ ਇੱਕ ਪਿੰਡ 'ਚ ਉਹ ਠਹਿਰੇ ਚਾਰ ਦਿਨ ਉੱਥੇ ਹੀ ਰਹੀਂ ਜਿਸ ਘਰ ਚੋਂ ਰਹਿੰਦੇ ਸੀ ਉਹ ਆਦਮੀ ਮਲਾਇਆ ਚ ਆਇਆ ਸੀ ਤੇ ਲਾਲੇ ਦੇ ਛੋਟੇ ਦੋਵਾਂ ਭਰਾਵਾਂ ਨੂੰ ਜਾਣਦਾ ਸੀ ਜਿਹੜੇ ਮਲਾਇਆ ਚ ਰਹਿੰਦੇ ਸੀ ਪੂਰੇ ਨੇ ਪੂਰੋ ਨੇ ਪੰਜਵੇਂ ਦਿਨ ਤੜਕੇ ਉੱਠ ਕੇ ਦੇਖਿਆ ਕਿ ਉਹਦੇ ਕੋਲ ਦਹੀਂ ਮੰਜੀ ਖਾਲੀ ਪਈ ਹੈ ਦੁਪਹਿਰ ਤਾਈ ਉਹਨੂੰ ਢੀਕਦੀ ਰਹੀ ਆਥਣ ਤੇ ਫਿਰ ਰਾਤ ਤੇ ਦੂਜਾ ਦਿਨ ਚੜਿਆ ਤੇ ਇਸ ਤਰ੍ਹਾਂ ਦੇ ਦੋ ਦਿਨ ਹੋਰ ਲੰਘ ਗਏ ਘਰ ਦੇ ਮਾਲਕ ਨੇ ਭੂਰੂ ਨੂੰ ਦੱਸਿਆ ਕਿ ਲਾਲਾ 10 ਦਿਨ ਲਾ ਕੇ ਫੇਰ ਆਏਗਾ 15-20 ਦਿਨ ਲੰਘ ਗਏ ਘਰ ਵਾਲੇ ਨੇ ਨਿੰਮੂ ਝੋਣਾ ਜਾ ਹੋ ਕੇ ਇੱਕ ਦਿਨ ਭੂਰੂ ਨੂੰ ਆਖਤਾ ਤੂੰ ਤਾਂ ਹੁਣ ਇਸੇ ਘਰ ਦੀ ਰਾਣੀ ਹੈ ਤੇ ਜਦੋਂ ਪਾਕਿਸਤਾਨ ਬਣਿਆ ਲਾਲੇ ਦੀ ਉਮਰ 60 ਸਾਲ ਦੇ ਨੇੜੇ ਟੁੱਕੀ ਹੋਈ ਸੀ ਹੁਣ ਉਹ ਤੋਂ ਇਹ ਕੰਮ ਨਹੀਂ ਸੀ ਹੁੰਦਾ ਗੋਡੇ ਦੁਖਦੇ ਸੀ ਨਿਗਾਹ ਘਟ ਗਈ ਢਿੱਡ 'ਚ ਮਿੰਨਾ-ਮਿੰਨਾ ਦਰਦ ਰਹਿੰਦਾ ਉਹਨੂੰ ਪਿੰਡੋਂ ਬਾਹਰ ਨਹੀਂ ਸੀ ਜਾਂਦਾ ਉਦੇ ਵੱਡੇ ਭਾਈ ਨੇ ਉਹਨੂੰ ਘਰ 'ਚ ਇੱਕ ਵੱਖਰੀ ਕੋਠੜੀ ਦੇ ਦਿੱਤੀ ਸੀ। ਘਰ ਰੋਟੀ ਪਾਣੀ ਖਾ ਕੇ ਉਹ ਸਾਥ 'ਚ ਬੈਠਾ ਰਹਿੰਦਾ। ਨਵੇਂ ਗੱਪਰੂਆਂ ਨੂੰ ਤੀਵੀਆਂ ਦੀਆਂ ਗੱਲਾਂ ਸੁਣਾਉਂਦਾ। ਇੱਕ-ਇੱਕ ਤੀਵੀਂ ਬਾਰੇ ਉਹਨੂੰ ਯਾਦ ਸੀ ਕਿ ਕਿੱਥੋਂ ਲਿਆਂਦੀ, ਕਿੱਥੇ ਰੱਖੀ, ਫਿਰ ਕਿਹਨੂੰ ਕਿੰਨੇ 'ਚ ਵੇਚੀ। ਉਹਨੂੰ ਇਹ ਵੀ ਪਤਾ ਸੀ ਵੀ ਕਿਹੜੀ ਤੀਵੀਂ ਉਹ ਤੋਂ ਵੀ ਅੱਗੇ ਹੋਰ ਕਿੱਥੇ ਚਰੀ ਗਈ। ਬਾਬਾ ਕਿੰਨੀਆਂ ਤੀਵੀਆਂ ਪੱਟੀਆਂ ਫਿਰ? ਮੁੰਡੇ ਪੁੱਛਦੇ। ਸਾਰੀਆਂ ਤਾਂ yaad ਨਹੀਂ ਗਿਣ ਲਓ ਜੀ ਗਿਣਨੀਆਂ ਨਹੀਂ ਲਾਲੇ ਨੇ ਉਂਗਲੀਆਂ ਦੇ ਪੋਟੇ ਫੜਨੇ ਸ਼ੁਰੂ ਕਰਤੇ 20 ਕ ਤੀਵੀਆਂ ਗਿਣਾ ਕੇ ਲਾਲੇ ਨੇ ਕਿਹਾ ਇੱਕ ਕਾਲੇ ਘਿਆ ਵਾਲੀ ਤੇ ਫਿਰ ਚੁੱਪ ਹੋ ਗਿਆ ਹੋਰ ਇੱਕ ਨੌਜਵਾਨ ਨੇ ਪੁੱਛਿਆ ਬਸ ਇੰਨੀਆਂ ਕੁ ਹੋਰ ਹੋਣੀਆਂ ਨੇ ਲਾਲੇ ਦਾ ਖਿਆਲ ਜਿਵੇਂ ਉਖੜ ਗਿਆ ਸੀ ਕਈ ਦਿਨਾਂ ਤੋਂ ਲਾਲਾ ਹੁਣ ਸਾਥ ਜਿਨੀ ਚ ਹੀ ਦੇਖਿਆ ਮੁੰਡੇ ਹੱਸਦੇ ਲਾਲਾ ਬੁੜਾ ਪਤਾ ਨਹੀਂ ਕਿਹੜੇ ਖੂਹ ਚ ਰਹਿੰਦਾ ਇੱਕ ਦਿਨ ਸਵੇਰੇ ਲਾਲੇ ਦੀ ਭਤੀਜ ਨੂੰ ਚਾਹ ਫੜਾਉਣ ਆਈ ਦੇਖਿਆ ਤਾਂ ਬੁੜਾ ਮੰਜੀ ਤੋਂ ਥੱਲੇ ਡਿੱਗਿਆ ਪਿਆ ਕੁਝੇ ਤੋੜਾ ਕੁੰਡਾ ਆਦ ਨਿਕ ਸੁੱਕ ਜਿਹੜਾ ਮੰਜੀ ਦੇ ਘੋਲ ਪਿਆ ਸੀ ਉਤੇ ਦੇਖ ਕੇ ਉਹਦਾ ਮੂੰਹ ਸਾਰਾ ਉੱਛੜ ਗਿਆ ਬਾਬਾ ਬਹੂ ਨੇ ਆਵਾਜ਼ ਦਿੱਤੀ ਬਾਬਾ ਬੋਲਿਆ ਨਾ ਚਾਹ ਦੀ ਗੜਵੀ ਬਹੂ ਨੇ ਢੇਲੀ ਤੇ ਰੱਖ ਦਿੱਤੀ ਤੇ ਗਰਦਨ ਥੱਲੇ ਸਾਰਾ ਦੇ ਕੇ ਬੁੜੇ ਨੂੰ ਬੈਠਾ ਕੀਤਾ ਮੰਜੀ ਤੇ ਪਾਤਾ ਬਾਬੇ ਦੇ ਬੁੱਲ ਫਰਕ ਦੇ ਸੁਣੇ ਪੂਰ ਚਾਦੀ ਗੜਵੀਓ ਮੋੜ ਕੇ ਲੈ ਗਈ ਦੂਜੇ ਦਿਨ ਲਾਲਾ ਮਰ ਗਿਆ ਅਰਥੀ ਤੇ ਪਾਉਣ ਤੋਂ ਪਹਿਲਾਂ ਜਦੋਂ ਉਹਨੂੰ ਨਵਾਉਣ ਲੱਗੇ ਤਾਂ ਦੇਖਿਆ ਕਿ ਉਹਨੇ ਆਪਣੇ ਖੱਬੇ ਹੱਥ ਦੀ ਮੁਠੀ ਘੂਟ ਕੇ ਮਿੱਟੀ ਹੋਈ ਹੈ ਮਲਕੇ ਨਮਾਹੇ ਚਾਚੇ ਨੂੰ ਇੱਕ ਆਦਮੀ ਨੇ ਨਾਲ ਲਾਲੇ ਦੇ ਭਤੀਜੇ ਨੂੰ ਕਿਹਾ ਭਤੀਜਾ ਚੰਗੀ ਤਰ੍ਹਾਂ ਹੱਥ ਫੇਰਨ ਲੱਗ ਪਿਆ ਕਬੇ ਹੱਥ ਦੀ ਮੁਠੀ ਖੋਲੇ ਤਾਂ ਖੁੱਲੇ ਨਾ ਜੋਰ ਲਾ ਕੇ ਉਹਨੇ ਮੁਠੀ ਖੋਲੀ ਤਾਂ ਪ੍ਰਿੰਡ ਵਾਂਗ ਦਗਦੀ ਉਸ ਵਿੱਚ ਸੋਨੇ ਦੀ ਛਾਪ ਸੀ ਧੰਨਵਾਦ